ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਹਾਂ ਪਰਮਿੰਦਰ ਕੌਰ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਚੰਦਰਯਾਨ 2 ਮਿਸ਼ਨ ਤਹਿਤ ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨਾਲ ਸਾਡਾ ਹੌਸਲਾ ਟੁੱਟਾ ਨਹੀਂ ਸਗੋਂ ਹੋਰ ਮਜ਼ਬੂਤ ਹੋਇਆ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਦੇ ਸਮੂਹ ਨਾਲ ਕੀਤੀ ਗੱਲਬਾਤ। ਡੋਭਾਲ ਅਨੁਸਾਰ ਜ਼ਿਆਦਾਤਰ ਕਸ਼ਮੀਰੀ ਧਾਰਾ 370 ਹਟਾਏ ਜਾਣ ਦੇ ਪੱਖ ਵਿੱਚ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਵਿੱਚ ਗੜਬੜੀ ਪੈਦਾ ਕਰਨ 'ਤੇ ਉਤਾਰੂ। ਸੋਪੋਰ ਕਸਬੇ 'ਚ ਅੱਤਵਾਦੀਆਂ ਵੱਲੋਂ ਕੀਤੀ ਫਾਇਰਿੰਗ 'ਚ 2 ਸਾਲਾਂ ਦੀ ਬੱਚੀ ਸਮੇਤ ਪਰਿਵਾਰ ਦੇ 4 ਜੀ ਜ਼ਖਮੀ। ਸਵੱਛ ਭਾਰਤ ਅਭਿਆਨ ਤਹਿਤ ਲੁਧਿਆਣਾ ਦੇ 12 ਪਰਿਆਂ ਦੇ ਇਨਾਮ ਨੇ ਪਲਾਸਟਿਕ ਦੀ ਵਰਤੋਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਕੇ ਨਵੀਂ ਮਿਸਾਲ ਪੇਸ਼ ਕੀਤੀ। ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀ ਸ਼ਾਮੀ ਕੇ ਸਰਹੱਦੀ ਚੌਕੀ ਲਾਗਿਓਂ BSF ਵੱਲੋਂ 3 ਕਿਲੋ ਹੈਰੋਇਨ ਬਰਾਮਦ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਬਦੁਲ ਕਾਦਰ ਦਾ ਦਿਲ ਦਾ ਦੌਰਾ ਪੈਣ ਕਾਰਨ ਲਾਹੌਰ ਵਿੱਚ ਦੇਹਾਂਤ। ਹੁਣ ਖਬਰਾਂ ਵਿਸਥਾਰ ਨਾਲ। ਚੰਦਰਯਾਨ 2 ਮਿਸ਼ਨ 'ਚ ਅੱਜ ਤੜਕੇ ਉਸ ਵੇਲੇ ਰੁਕਾਵਟ ਆਈ ਜਦ ਚੰਦਰਮਾ ਦੇ ਦੱਖਣੀ ਧਰੁਵ 'ਤੇ ਕਦਮ ਰੱਖਣ ਤੋਂ ਕੁਝ ਹੀ ਮਿੰਟ ਪਹਿਲਾਂ ਚੰਦਰਯਾਨ ਦੇ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ। ਉਸ ਸਮੇਂ ਚੰਦਰਯਾਨ ਚੰਦਰਮਾ ਦੀ ਸਤਹਿ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ 'ਤੇ ਸੀ। ਬੰਗਲੁਰੂ 'ਚ ਇਸਰੋ ਮਿਸ਼ਨ ਕੰਟਰੋਲ ਕੇਂਦਰ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਕਿ ਵਿਕਰਮ ਲੈਂਡਰ ਦੀ ਕਾਰਗੁਜ਼ਾਰੀ ਯੋਜਨਾ ਅਨੁਸਾਰ ਹੀ ਚੱਲ ਰਹੀ ਸੀ, ਪਰ ਇਕਦਮ ਹੀ ਚੰਦਰਮਾ ਦੀ ਸਤਹਿ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਲੈਂਡਰ ਦਾ ਸੰਪਰਕ ਟੁੱਟ ਗਿਆ। ਇਸਰੋ ਨੇ ਇਹ ਵੀ ਕਿਹਾ ਕਿ ਡਾਟਾ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ। ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ ਨਾਲ ਇਸਰੋ 'ਚ ਮੌਜੂਦ ਸਾਰੇ ਵਿਗਿਆਨੀਆਂ ਦੇ ਚਿਹਰੇ ਉਤਰ ਗਏ। ਪ੍ਰਧਾਨ ਮੰਤਰੀ ਵੀ ਇਸ ਮੌਕੇ ਇਸਰੋ ਮਿਸ਼ਨ ਕੰਟਰੋਲ ਕੇਂਦਰ ਵਿੱਚ ਮੌਜੂਦ ਸਨ। ਇਸਰੋ ਦੇ ਚੇਅਰਮੈਨ ਡਾਕਟਰ ਕੇ ਸਿਵਨ ਨੇ ਇਸ ਗੱਲ ਦੀ ਬਕਾਇਦਾ ਪੁਸ਼ਟੀ ਕੀਤੀ ਕਿ ਲੈਂਡਰ ਦਾ ਧਰਤੀ 'ਤੇ ਮਨੁੱਖ ਨਾਲ ਸੰਪਰਕ ਟੁੱਟ ਗਿਆ। ਵਿਕਰਮ ਲੈਂਡਰ ਡਿਸੈਂਟ ਵਾਸ ਐਸ ਪਲਾਨਡ ਐਂਡ ਨਾਰਮਲ ਪਰਫਾਰਮੈਂਸ ਵਾਸ ਅਬਜ਼ਰਵਡ ਅਪ ਟੂ ਐਨ ਆਲਟੀਟਿਊਡ ਆਫ 2.1 ਕਿਲੋਮੀਟਰ। Subsequently, the communications from the lander to ground station was lost. ਲੈਂਡਰ ਵਿਕਰਮ ਦਾ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਦਾ ਅੰਤਿਮ ਅਮਲ ਅੱਜ ਤੜਕੇ 1:38 ਅਤੇ 3 ਸਕਿੰਟ 'ਤੇ ਸ਼ੁਰੂ ਹੋਇਆ। ਸਭ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ ਅਤੇ ਵਿਕਰਮ ਲੈਂਡਰ ਪਹਿਲੋਂ ਨਿਸ਼ਚਿਤ ਮਾਰਗ 'ਤੇ ਹੀ ਅੱਗੇ ਵੱਧ ਰਿਹਾ ਸੀ, ਪਰ ਜਦ ਇਹ ਚੰਦਰਮਾ ਦੀ ਸਤਹਿ ਤੋਂ ਕੁਝ ਹੀ ਮਿੰਟਾਂ ਦੀ ਦੂਰੀ 'ਤੇ ਪਹੁੰਚਿਆ ਤਾਂ ਇਸਦਾ ਸੰਪਰਕ ਟੁੱਟ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਹੈੱਡਕੁਆਰਟਰ ਤੋਂ ਵਿਗਿਆਨੀਆਂ ਦੀ ਮੌਜੂਦਗੀ 'ਚ ਅੱਜ ਸਵੇਰੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਭਾਰਤ ਦੇ ਗੌਰਵ ਲਈ ਕੰਮ ਕੀਤਾ ਅਤੇ ਲੈਂਡਰ ਨਾਲ ਸੰਪਰਕ ਟੁੱਟਣ ਨਾਲ ਸਾਡਾ ਹੌਸਲਾ ਟੁੱਟਿਆ ਨਹੀਂ ਸਗੋਂ ਹੋਰ ਮਜ਼ਬੂਤ ਹੋਇਆ। ਮੋਦੀ ਨੇ ਕਿਹਾ ਕਿ ਸਭ ਤੋਂ ਵਧੀਆ ਸਮਾਂ ਅਜੇ ਆਉਣਾ ਬਾਕੀ ਹੈ। ਮੁਝਸੇ ਵੀ ਆਪਕੇ ਸਪਨੇ ਔਰ ਉੱਚੇ ਹੈ, ਮੁਝਸੇ ਵੀ ਆਪਕੇ ਸੰਕਲਪ ਔਰ ਗਹਿਰੇ ਹੈ, मुझसे भी आपका प्रयास सिद्धियों को चूमने का सामर्थ्य रखता है और इसलिए मैं पूरे विश्वास के साथ आपके हौसलों पर भरोसा करके, दरअसल मैं आपको उपदेश देने नहीं आया, मैंने सुबह सुबह आपके दर्शन आपसे प्रेरणा पाने के लिए किए हैं। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਰਾਹ 'ਚ ਆਉਣ ਵਾਲੇ ਕਿਸੇ ਅੜਿੱਕੇ ਕਾਰਨ ਅਸੀਂ ਆਪਣੇ ਟੀਚੇ ਤੋਂ ਡੋਲੇ ਨਹੀਂ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨੀ ਰਾਸ਼ਟਰ ਲਈ ਜਿਉਂਦੇ ਨੇ ਅਤੇ ਦੇਸ਼ ਦੇ ਗੌਰਵ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਨੇ। ਉਨ੍ਹਾਂ ਕਿਹਾ ਕਿ ਜੇ ਅਸੀਂ ਵਿਗਿਆਨੀਆਂ ਦੇ ਗੌਰਵਮਈ ਇਤਿਹਾਸ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਦਕਾ ਸਾਨੂੰ ਕਈ ਖੁਸ਼ੀਆਂ ਮਾਣਨ ਦਾ ਮੌਕਾ ਮਿਲਿਆ। ਕਈ ਵਾਰ ਔਕੜਾਂ ਸਰ ਕਰਨੀਆਂ ਪਈਆਂ, ਪਰ ਸਾਡੀ ਰਫ਼ਤਾਰ ਘਟੀ ਜ਼ਰੂਰ, ਪਰ ਸਾਡੇ ਹੌਸਲਿਆਂ ਨੂੰ ਢਾਹ ਨਹੀਂ ਲੱਗੀ। ਮੋਦੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਆਪਣੀ ਹਿੰਮਤ, ਮਿਹਨਤ ਅਤੇ ਤਪ ਨਾਲ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹੈ। ਪ੍ਰਧਾਨ ਮੰਤਰੀ ਦੇ ਪ੍ਰੇਰਣਾਦਾਈ ਭਾਸ਼ਣ ਨੇ ਵਿਗਿਆਨੀਆਂ ਵਿੱਚ ਹੀ ਨਹੀਂ ਸਗੋਂ ਸਾਰੇ ਦੇਸ਼ ਵਾਸੀਆਂ 'ਚ ਨਵੀਂ ਊਰਜਾ ਤੇ ਹੌਸਲਾ ਪੈਦਾ ਕੀਤਾ। ਇਸ ਪ੍ਰੇਰਣਾ ਕੀ ਪਲ ਹੈ ਮੇਰੇ ਲਈ,
जहां निराशा को वैज्ञानिक मन आशा में परिवर्तित कर देता है, जहां सपनों को वैज्ञानिक मन सिद्धि में अंकुरित कर देता है। और इसलिए ऐसी सामर्थ्यवान, ऊर्जावान, संकल्पवान, सिद्धि के लिए समर्पित इन साथियों की टोली को अनेक अनेक बधाई भी देता हूं। चंद्रयान दो मिशन च आई रुकावट ते राष्ट्रपति रामनाथ कोविंद ने कहा कि उन्होंने पूरी उम्मीद है कि असी एक दिन कामयाब जरूर होवांगे। राष्ट्रपति ने कहा कि चंद्रयान कैरियर बाहुबली उन्होंने श्री हरिकोटा च जाके खुद वेख्या सी। उन्होंने कहा कि चंद्रयान ने 384,000 किलोमीटर का सफर सफलतापूर्वक तय किया अते चंद्रमा ते पहुंचने लिए सिर्फ 2 किलोमीटर का पैंडा बचिया सी। ए भी अपने आप च एक बहुत वड्डी प्राप्ति रही। राष्ट्रपति ने कहा कि विक्रम लैंडर का संपर्क टुटना एक सबब ही सी, बदकिस्मती नहीं। अते चंद्रयान मिशन बारे वो यो कहे कि हम होंगे कामयाब, मन में है विश्वास, पूरा है विश्वास, हम होंगे कामयाब एक दिन। प्रधानमंत्री नरेंद्र मोदी ने लोगों को अपील की है कि वह गणेश मूर्ति विसर्जन समय पानी के प्रदूषण को रोकने में उचेचा ध्यान देन। उन्होंने कहा कि इस मौके प्लास्टिक और होर ना घुलनशील चीज़ा समुद्र च नहीं जानिया चाहिए। मुंबई के बार बार वले पारले विखे भगवान गणेश की पूजा समय प्रधानमंत्री ने यह गल कही है। उन्होंने कहा कि जिस तरह लोकमान्य तिलक ने कहा कि स्वराज उन्हों का जन्म सिद्ध अधिकार है, इस तरह देश की आज़ादी के 75 साल वाल बद्या सानू कहना चाहिए कि स्वराज यानी वधिया राज या वधिया शासन साड़ी ड्यूटी है। प्रधानमंत्री नरेंद्र मोदी ने बांद्रा कुरला कंपलैक्स में स्थित जियो वर्ल्ड सेंटर में मुंबई दी 3 मैट्रो लाइन के उद्घाटन तो बाद लोगों को संबोधन किया। मोदी वालों एक अत आधुनिक मैट्रो डब्बे का उद्घाटन भी किया गया जो मेक इन इंडिया तहत तैयार किया गया पहला मैट्रो डब्बा है। कौमी सुरक्षा सलाहकार अजीत डुबाल ने कहा कि उन्होंने पूरा यकीन है कि ज्यादातर कश्मीरी जम्मू कश्मीर विचों धारा 370 हटाए जाने के समर्थन में ने। नवी दिल्ली च पत्रकारों के समूह नाल गलबात दौरान उन्होंने कहा कि कश्मीर विच पाबंदियां लगाने का मकसद पाकिस्तान वालों लुकवें तौर पर शरारत करन नूं रोकना है ते अतवादियों वालों देश विरोधी कार्रवाइयां अते हिंसक घटनावां ते काबू पाउणा सी। डुबाल ने कहा कि धारा 370 विशेष दर्जा नहीं सगों विशेष भेदभाव सी। उन्होंने कहा कि 370 नूं खत्म करके असीं कश्मीरियों नूं बाकी कि हिंदुस्तानियों के बराबर लेके आए हाँ। कौमी सुरक्षा सलाहकार ने कहा कि कश्मीर में लगाई गई पाबंदियां तेजी नाल खत्म या नरम कीतियां जा रही ने। इस वेले कश्मीर जम्मू और लद्दाख 199 पुलिस थाना खेतरां विचों सिर्फ 10 विच ही पाबंदियां चल रही ने, जबकि इन्हां तीनों ही खेतरां च लैंडलाइन टैलीफोन सेवावां बहाल कर दित्तियां गईआं ने। सियासी आगुआं की नज़रबंदी बारे सवाल के जवाब च उन्होंने कहा कि अजिहा सिर्फ एहतियात के तौर पर कानून मुताबिक किया गया। डुबाल ने कहा कि सरकार अदालतों को जवाबदेह है। उन्होंने आख्या कि पाकिस्तान कश्मीर च गड़बड़ी पैदा करने उतारू है ते घाटी च हिंसा नाल ही वो अपने भारत विरोधी मनसूबे पूरे करने की इच्छा रखता है। डुबाल ने कहा कि पाकिस्तान ने कश्मीर विच हिंसा फैलाने लई कई अतवादी भेजे ताजो इत्थे आम वर्गे हालात बहाल ना हो सकन। उन्होंने कहा कि वह जम्मू कश्मीर के अपने लोगों को पाकिस्तान दीआं चालां दा शिकार नहीं होण देणगे अते असीं अपने लोगों की रक्षा लई सब कुछ करांगे। जम्मू कश्मीर के सोपुर कस्बे च बीती रात अतवादियों वालों की गई फायरिंग च एक परिवार के 4 जी जख्मी हो गए जिन्हों में 2 साल बालड़ी भी शामिल है। आज सवेरे बारामूला च एक पुलिस अधिकारी ने जानकारी दिंदिया दसे कि अतवादियों ने फलों के एक व्यापारी के घर दाखिल होने मगरों अन्नेवाह फायरिंग की। हमले च जख्मी परिवार के सारे मैंबरों हस्पताल दाखिल करवाए गए जिथे उन्होंने हालत स्थिर दसी जा रही है। पुलिस अधिकारी ने भी दसे कि इस घटना तो बाद सुरक्षा बलों वालों इलाके च तलाशी अभियान छेड़िया गया पर अतवादी भजन में कामयाब हो गए। इस मामले च FIR दर्ज कर ली गई है ते जांच जारी है। दिल्ली की एक अदालत ने आज अगुस्ता वैसलैंड VVIP हैलीकाप्टर घोटाला मामले च दलाल क्रिश्चन मिशेल दी जमानत अर्जियां रद्द कर दित्तियां ने। विशेष जज अरविंद कुमार ने CBI अते इनफोर्समेंट डायरेक्टोरेट वालों दर्ज किए मामले च मिशेल दी जमानत अर्जियां रद्द करदिआं कहा कि जमानत लई कोई ठोस आधार नहीं है। दुबई तो भारत भेजे गए मिशेल नूं पिछले साल 22 दसंबर नूं इनफोर्समेंट डायरेक्टोरेट वालों गिरफ्तार किया गया सी। इस साल 5 जनवरी नूं मिशेल नूं इनफोर्समेंट डायरेक्टोरेट वालों दर्ज मामले च अदालती हिरासत विच भेजा गया। अगुस्ता वैसलैंड मामले CBI वालों दायर केस में भी उन्होंने जुडिशियल रिमांड ली गई सी। क्रिश्चन मिशेल अगुस्ता वैसलैंड घोटाले संबंधी इनफोर्समेंट डायरेक्टोरेट और CBI वालों दर्ज मामलों च तीजा दलाल है।
ਇੱਕ ਨਿੱਜੀ ਚੈਨਲ ਤੇ ਪ੍ਰਸਾਰਿਤ ਲੜੀਵਾਰ ਚ ਕਥਿਤ ਤੌਰ ਤੇ ਭਗਵਾਨ ਵਾਲਮੀਕ ਬਾਰੇ ਇਤਰਾਜਯੋਗ ਟਿੱਪਣੀ ਨੂੰ ਲੈ ਕੇ ਅੱਜ ਵਾਲਮੀਕ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਸੜਕੀ ਅਤੇ ਰੇਲ ਆਵਾਜਾਈ ਰੋਕੀ ਗਈ। ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਜਬਰਨ ਦੁਕਾਨਾਂ ਬੰਦ ਕਰਵਾਈਆਂ ਗਈਆਂ। ਆਵਾਜਾਈ ਬੰਦ ਕੀਤੇ ਜਾਣ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਤੋਂ ਸਿਰਫ ਵੱਡੇ ਹੀ ਨਹੀਂ ਸਗੋਂ ਛੋਟੇ ਬੱਚੇ ਵੀ ਪ੍ਰਭਾਵਿਤ ਹੋ ਕੇ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲੁਧਿਆਣੇ ਦਾ 12 ਵਰ੍ਹਿਆਂ ਦਾ ਇਆਨ ਵੀ ਇਸੇ ਹੀ ਸ਼੍ਰੇਣੀ 'ਚ ਸ਼ਾਮਿਲ ਹੋ ਗਿਆ, ਜਿਸ ਨੇ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਆਪ ਹੀ ਪ੍ਰਣ ਨਹੀਂ ਲਿਆ, ਸਗੋਂ ਇਸ ਵਾਸਤੇ ਇੱਕ ਵੱਡੀ ਮੁਹਿੰਮ ਛੇੜ ਕੇ ਸਮਾਜ ਲਈ ਰਾਹ ਦਸੇਰਾ ਸਾਬਤ ਹੋ ਰਿਹਾ ਹੈ। ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ 'ਚ 7ਵੀਂ ਜਮਾਤ ਵਿੱਚ ਪੜ੍ਹਨ ਵਾਲਾ ਇਆਨ ਸਾਇੰਸ ਵਿੱਚ ਖਾਸ ਰੁਚੀ ਰੱਖਦਾ ਅਤੇ ਉਹ ਸਮੁੰਦਰੀ ਜੀਵਾਂ ਵੱਲੋਂ ਪਲਾਸਟਿਕ ਨਿਗਲਣ ਕਾਰਨ ਹੋਏ ਨੁਕਸਾਨ ਤੋਂ ਬਹੁਤ ਦੁਖੀ ਹੋਇਆ। ਉਸ ਨੇ ਵੇਲ ਮੱਛੀ ਦੀ ਪਲਾਸਟਿਕ ਨਿਗਲਣ ਮਗਰੋਂ ਹੋਈ ਮੌਤ ਬਾਰੇ ਪੜ੍ਹ ਕੇ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਮੁਹਿੰਮ ਛੇੜਨ ਦਾ ਇਰਾਦਾ ਬਣਾਇਆ ਅਤੇ ਇਹ ਕੰਮ ਪਹਿਲਾਂ ਆਪਣੇ ਘਰੋਂ ਸ਼ੁਰੂ ਕੀਤਾ। ਇਆਨ ਹੁਣ ਸਕੂਲਾਂ, ਹੋਟਲਾਂ ਅਤੇ ਹੋਰ ਜਨਤਕ ਥਾਈਂ ਜਾ ਕੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਦਾ ਹੈ। ਇਸ ਮੁਹਿੰਮ 'ਚ ਉਸਦੇ ਮਾਪੇ ਅਤੇ ਉਸਦੇ ਅਧਿਆਪਕ ਉਸਦਾ ਪੂਰਾ ਸਾਥ ਦਿੰਦੇ ਨੇ। ਇਆਨ ਛੋਟੀ ਜਿਹੀ ਉਮਰ 'ਚ ਵੱਡੀਆਂ ਵੱਡੀਆਂ ਗੱਲਾਂ ਕਰਕੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। मैं बहुत सारे रेस्टोरेंट्स जाता हूँ और उनको रिक्वेस्ट करता हूँ प्लीज नहीं यूज करें, पर अगर वो नहीं बोलता तो मैं नहीं कर सकता, अगर यस बोलते तो। ਇਆਨ ਦੇ ਮਾਤਾ ਪਿਤਾ ਉਸਦੀ ਸੋਚ ਅਤੇ ਮੁਹਿੰਮ ਬਾਰੇ ਦੱਸਦਿਆਂ ਮਾਣ ਮਹਿਸੂਸ ਕਰਦੇ ਨੇ। ਤੋ ਜੀ ਜੈਸੇ ਜੋ ਜੋ ਵੋ ਕਹਿਤਾ ਹੈ ਉਸਕੇ ਜੋ ਆਈਡੀਆਜ਼ ਹੈ ਉਸਕੋ ਥੋੜ੍ਹਾ ਸਾ ਫਾਈਨ ਟਿਊਨ ਕਰਕੇ ਕਿ ਹਾਂ ਐਸੇ ਹੋ ਸਕਤਾ ਹੈ, ਐਸੇ ਹੋ ਸਕਤਾ ਹੈ। ਔਰ ਹੈ ਤੋ ਅਭੀ ਬੱਚਾ, ਡਿਸਅਪੋਇੰਟ ਬਹੁਤ ਜਲਦੀ ਹੋ ਜਾਤਾ ਹੈ ਕਿ ਐਸਾ ਕਿਉਂ ਨਹੀਂ ਹੁਆ, ਮੈਨੇ ਮਨਾ ਕਰਾ, ਐਸਾ ਕਿਉਂ ਨਹੀਂ ਹੁਆ। ਤੋ ਉਸ ਚੀਜ਼ ਨੂੰ ਉਸਕੋ ਥੋੜ੍ਹਾ ਸਾ ਗਾਈਡ ਕਰਨਾ ਕਿ ਆਪ ਆਪਣਾ ਕੰਮ ਕਰੋ, ਆਪ ਆਪਣੀ ਤਰਫ ਸੇ 100% ਦੋ, ਤੋ ਕੁਛ ਨਾ ਕੁਛ ਅਸਰ ਤੋ ਪੜੇ, ਕਹੀਂ ਨਾ ਕਹੀਂ ਤੋ ਹੋਏਗਾ। ਇਆਨ ਦੇ ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਗੋਗੀਆ ਇਆਨ ਨੂੰ ਆਪਣੇ ਸਕੂਲ ਦੇ ਬਿਹਤਰੀਨ ਵਿਦਿਆਰਥੀਆਂ ਵਿੱਚ ਗਿਣਦੇ ਨੇ ਅਤੇ ਉਸਦੇ ਕੰਮ ਦੀ ਭਰਪੂਰ ਸ਼ਲਾਘਾ ਕਰਦੇ ਨੇ। ਪਹਿਲੇ ਜਬ 6 ਸਾਲ ਦਾ ਥਾ ਤੋ ਮੇਰੇ ਪਾਸ ਆਇਆ ਥਾ ਅਪਾਇੰਟਮੈਂਟ ਲੇਕਰ ਐਂਡ ਯਹਾਂ ਪਰ ਸੋਫੇ ਪੇ ਬੈਠ ਕੇ ਜੈਸੇ ਅਡਲਟਸ ਹੋਤੇ ਹੈ ਇਸ ਇਜ਼ ਆਈ ਹੈਵ ਅ ਪ੍ਰਪੋਜ਼ਲ ਫਾਰ ਯੂ ਐਂਡ ਅ ਕੈਂਪੇਨ ਫਾਰ ਯੂ। ਸੋ ਆਈ ਸੇਡ ਓਕੇ ਟੈਲ ਮੀ। ਔਰ ਇਤਨੀ ਅੱਛੀ ਤਰ੍ਹਾਂ ਸੇ ਉਸਨੇ ਵੋ ਵੇਲ ਕੀ ਸਟੋਰੀ ਸੁਣਾ ਕਿ ਮੈਮ ਆਈ ਵੈਂਟ ਟੂ ਯੂ ਐਸ, ਮੈਨੇ ਦੇਖਾ ਥਾ ਉਹ ਨਿਊਜ਼ ਪਰ ਵੇਲ ਕਟੀ ਹੋਈ ਥੀ ਔਰ ਉਸਮੇ ਸੇ ਇਤਨਾ ਪਲਾਸਟਿਕ ਨਿਕਲਾ ਥਾ। ਤੋ ਇਸਨੇ ਮੁਝੇ ਕਹਾ ਮੈਮ ਸਬਸੇ ਪਹਿਲੇ ਆਪਨੇ ਆਪਣੀ ਕੈਂਟੀਨ ਮੇਂ, ਜਬਕਿ ਹਮਾਰੀ ਕੈਂਟੀਨ ਮੇਂ ਵੈਸੇ ਹੀ ਕੁਛ ਨਹੀਂ ਹੋਤਾ ਥਾ, ਲੇਕਿਨ ਸਟਿਲ ਹੀ ਸੈਡ ਆਪ ਕੈਂਟੀਨ ਮੇਂ ਪਲਾਸਟਿਕ ਕਟਲਰੀ ਔਰ ਪਲਾਸਟਿਕ ਸਟ੍ਰਾ ਕੋ ਪੈਨ। ਇਨਫੈਕਟ ਸ਼ਾਮ ਕੋ ਮਾਲ ਗਈ ਥੀ ਕਿ ਇਸਕਾ ਆਲਟਰਨੇਟਿਵ ਕਿਆ ਹੋ ਸਕਤਾ ਹੈ। ਲੁਧਿਆਣਾ ਦੇ ਇੱਕ ਹੋਟਲ ਦੇ ਮਾਲਕ ਵਿਸ਼ਾਲ ਅਰੋੜਾ ਵੀ ਇਆਨ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਨੇ। ਅਗਰਵਾਲ ਕੇਮ ਟੂ ਆਰ ਰੈਸਟੋਰੈਂਟ ਰਿਗਾਰਡਿੰਗ ਦਿਸ ਸਟ੍ਰਾਅ ਕਿ ਪਲਾਸਟਿਕ ਤੌਰ ਤੇ ਕਿਆ ਕਿਆ ਆਪਣੀ ਪ੍ਰੋਬਲਮਸ ਹੈ। ਤੋ ਹਮਨੇ ਇੱਕ ਸਾਲ ਹੋ ਗਿਆ ਸੀ ਬੰਦ ਕਰ ਦਿਆ ਹੋਇਆ ਐਂਡ ਵੀ ਹੈਵ ਕੇਮ ਟੂ ਆਰ ਪੇਪਰ ਸ਼ੋਟਸ, ਵੀ ਆਰ ਯੂਜ਼ਿੰਗ ਪੇਪਰ ਸ਼ੋਟਸ। ਇਆਨ ਲੁਧਿਆਣਾ 'ਚ ਪਲਾਸਟਿਕ ਦੇ ਇਸਤੇਮਾਲ ਵਿਰੁੱਧ ਚਲਾਈ ਗਈ ਮੁਹਿੰਮ ਕਾਰਨ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। BSF ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਸ਼ਾਮੇ ਕੇ ਸਰਹੱਦੀ ਚੌਕੀ ਲਾਗੇ ਅੱਜ ਸਵੇਰੇ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ। BSF ਦੇ ਅਧਿਕਾਰੀਆਂ ਨੇ ਦੱਸਿਆ ਕਿ 3 ਪੈਕਟਾਂ 'ਚ ਪ੍ਰਾਪਤ ਹੋਈ ਇਸ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੇ ਕਰੀਬ ਹੈ। ਹਰ ਪੈਕਟ ਵਿੱਚ 1 ਕਿਲੋ ਹੈਰੋਇਨ ਮਿਲੀ ਹੈ। ਇਹ ਹੈਰੋਇਨ ਇੱਕ ਟਾਇਰ ਟਿਊਬ 'ਚ ਲੁਕੋ ਕੇ ਰੱਖੀ ਗਈ ਸੀ ਜੋ ਸਰਕੰਡੇ ਨਾਲ ਢੱਕਿਆ ਹੋਇਆ ਸੀ। BSF ਦੇ ਜਵਾਨ ਸਤਲੁਜ ਦਰਿਆ ਦੇ ਸਰਹੱਦੀ ਇਲਾਕੇ 'ਚ ਕਿਸ਼ਤੀ ਵਿੱਚ ਗਸ਼ਤ ਕਰ ਰਹੇ ਸਨ ਜਦ ਅੱਜ ਸਵੇਰੇ ਕੋਈ 7 ਵਜੇ ਉਹਨਾਂ ਨੂੰ ਸਰਹੱਦੀ ਚੌਕੀ ਲਾਗਿਓਂ ਹੈਰੋਇਨ ਦੀ ਇਹ ਖੇਪ ਬਰਾਮਦ ਹੋਈ।
ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਬਦੁਲ ਕਾਦਰ ਦਾ ਅੱਜ ਲਾਹੌਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। 63 ਵਰ੍ਹਿਆਂ ਦੇ ਅਬਦੁਲ ਕਾਦਰ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਵਿੱਚ 67 ਟੈਸਟ ਅਤੇ 104 ਇੱਕ ਦਿਨਾਂ ਮੈਚ ਖੇਡੇ, ਜਿਨ੍ਹਾਂ ਵਿੱਚ ਉਸ ਨੇ 368 ਵਿਕਟਾਂ ਹਾਸਲ ਕੀਤੀਆਂ। ਫਿਰਕੀ ਗੇਂਦਬਾਜ਼ ਕਾਦਰ ਨੇ ਫੈਸਲਾਬਾਦ 'ਚ ਖੇਡੇ ਗਏ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਵਿਰੁੱਧ 56 ਦੌੜਾਂ ਅਤੇ 9 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ। ਕ੍ਰਿਕਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 70 ਅਤੇ 80 ਦੇ ਦਹਾਕਿਆਂ ਦੌਰਾਨ ਵਿਸ਼ਵ ਕ੍ਰਿਕਟ ਵਿੱਚ ਤੇਜ਼ ਗੇਂਦਬਾਜ਼ ਹਾਵੀ ਸਨ ਅਤੇ ਉਸ ਸਮੇਂ ਗੁੱਟ ਦੀ ਫਿਰਕੀ ਦੀ ਕਲਾ ਜਿਉਂਦੇ ਰੱਖਣਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਅਮਰੀਕੀ ਓਪਨ ਟੈਨਿਸ ਮੁਕਾਬਲੇ ਦੇ ਮਰਦਾਂ ਦੇ ਫਾਈਨਲ 'ਚ ਰਾਫੇਲ ਨਡਾਲ ਦਾ ਮੁਕਾਬਲਾ ਰੂਸ ਦੇ ਡੈਨਿਲ ਮੈਦਵੀਦੇਵ ਨਾਲ ਹੋਵੇਗਾ। ਪਹਿਲੇ ਸੈਮੀਫਾਈਨਲ 'ਚ ਮੈਦਵੀਦੇਵ ਨੇ ਗਰੀਗੋਰ ਦਮਿਤਰੀਫ ਨੂੰ 7-6, 6-4, 6-3 ਨਾਲ ਹਰਾਇਆ। ਦੂਜੇ ਸੈਮੀਫਾਈਨਲ ਸਪੇਨ ਦੇ ਰਾਫੇਲ ਨਡਾਲ ਨੇ ਇਟਲੀ ਦੇ ਮਾਤਦੇਵ ਬੈਰੀਤੀਨੀ ਨੂੰ 7-6, 6-4, 6-1 ਨਾਲ ਹਰਾ ਕੇ ਫਾਈਨਲ 'ਚ ਦਾਖਲਾ ਹਾਸਲ ਕੀਤਾ ਹੈ। ਔਰਤਾਂ ਦੇ ਸਿੰਗਲਸ ਵਰਗ ਦਾ ਫਾਈਨਲ ਮੁਕਾਬਲਾ ਸੈਰੀਨਾ ਵਿਲੀਅਮਸ ਅਤੇ ਕੈਨੇਡਾ ਦੀ ਬਿਆਨਕਾ ਅੰਦਰੇਸੇਕੂ ਵਿਚਾਲੇ ਹੋਵੇਗਾ। ਤੇ ਇਸ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਖਤਮ ਹੋਇਆ। ਨਮਸਕਾਰ।